ਹੈਲੋ ਫਰੈਂਡਸ ਵੈਲਕਮ ਟੂ ਥਿਸ ਚੈਨਲ ਅੱਜ ਜਸਸੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਪੀਐਸ ਟੈਟ ਡੇ ਐਗਜ਼ਾਮ ਨੂੰ 4 ਦਿਨਾਂ ਦੇ ਵਿੱਚ ਪ੍ਰੈਪਰੇਸ਼ਨ ਕਰਕੇ ਕਿੱਦਾਂ ਕਲੀਅਰ ਕੀਤਾ ਜਾ ਸਕਦਾ ਹੈ ਉਹ ਸਾਰੀਆਂ ਟਿਪਸ ਤੇ ਟੈਕਨੀਕਸ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਇਸ ਵੀਡੀਓ 'ਚ ਸ਼ੇਅਰ ਕਰਾਂਗੀ ਕਿ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣਾ ਪੀਐਸ ਟੈਟ ਦਾ ਐਗਜ਼ਾਮ ਜਿਹੜਾ ਉਹ 4 ਦਿਨ ਦੇ ਵਿੱਚ ਕਲੀਅਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੇ ਤੁਹਾਨੂੰ ਪੇਪਰ ਦਾ ਜਿਹੜਾ ਪੈਟਰਨ ਹੈ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਪੇਪਰ 1 ਵਾਸਤੇ ਅਪੀਅਰ ਹੋ ਰਹੇ ਹੋ ਤੇ ਉਹਦੇ ਵਿੱਚ ਜਿਹੜਾ ਤੁਹਾਡਾ ਪੇਪਰ ਹੈ ਉਹ 150 ਨੰਬਰ ਦਾ ਪੇਪਰ ਹੋਏਗਾ ਜਿਦੇ ਵਿੱਚ ਕਿ ਤੁਹਾਨੂੰ ਪਹਿਲਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਆਏਗੀ এনवायरमेंटਲ ਸਟਡੀ ਮੈਥਮੈਟਿਕਸ ਲੈਂਗੁਏਜ 1 ਪੰਜਾਬੀ ਐਂਡ ਲੈਂਗੁਏਜ 2 ਜਿਹੜੀ ਤੁਹਾਡੀ ਉਹ ਇੰਗਲਿਸ਼ ਹੋਏਗੀ ਹਰ ਇੱਕ ਜਿਹੜੀ ਦੇ ਵਿੱਚ ਸੈਕਸ਼ਨ ਹੈ 30 30 ਮਾਰਕਸ ਦੇ ਹੈਗੇ ਨੇ ਤੇ ਸਭ ਤੋਂ ਪਹਿਲਾਂ ਹੁਣ ਗੱਲ ਇਹ ਆਂਦੀ ਹੈ ਕਿ 4 ਦਿਨਾਂ ਦੇ ਵਿੱਚ ਅਸੀਂ ਪੜਨਾ ਕਿੱਦਾਂ ਆਂ 4 ਦਿਨਾਂ ਦੇ ਵਿੱਚ ਪੜ੍ਹਨ ਲਈ ਮੈਂ ਤੁਹਾਨੂੰ ਜੋ ਦੱਸ ਰਹੀਆਂ ਟੈਕਨੀਕਸ ਉਹ ਸਭ ਤੋਂ ਪਹਿਲੀ ਗੱਲ ਹੋਗੀ ਕਿ ਤੁਹਾਨੂੰ ਪੇਪਰ ਦਾ ਪੈਟਰਨ ਪਤਾ ਹੋਵੇ ਦੂਸਰੀ ਗੱਲ ਮੈਂ ਤੁਹਾਨੂੰ ਇੱਕ YouTube ਚੈਨਲ ਦਾ ਨਾਮ ਦੱਸ ਰਹੀਆਂ ਜਿਹਦਾ ਨਾਮ ਹੈ EduTap ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ EduTap ਐਡੂਟਪ ਨਾਮ ਦਾ ਇੱਕ ਚੈਨਲ ਹੈ ਜਿੱਥੇ ਤੁਹਾਨੂੰ ਇਸ ਪੇਪਰ ਦੀ ਪ੍ਰੈਪਰੇਸ਼ਨ ਦੇ ਵਾਸਤੇ ਹਰੇਕ ਜਿਹੜਾ ਤੁਹਾਡਾ ਹੈਗਾ ਸੈਕਸ਼ਨ ਦੀ ਅਲੱਗ-ਅਲੱਗ ਇੱਕ-ਇੱਕ ਵੀਡੀਓ ਜਿਹੜੀ ਹੈ ਉਹ ਮਿਲ ਜੇਗੀ ਤੇ ਤੁਹਾਡੀ ਇੱਕ-ਇੱਕ ਵੀਡੀਓ ਦੇ ਵਿੱਚ ਹੀ ਇੱਕ-ਇੱਕ ਸੈਕਸ਼ਨ ਜਿਹੜਾ ਉਹ ਅੱਛੇ ਤਰੀਕੇ ਨਾਲ ਕਵਰ ਹੋ ਜਾਏਗਾ ਮੈਂ ਖੁਦ ਇਹ ਪੇਪਰ ਇਸੇ ਤਰੀਕੇ ਨਾਲ ਕਲੀਅਰ ਕੀਤਾ ਸੀਗਾ ਕਿ ਜਦੋਂ ਮੈਂ ਦਿੱਤਾ ਸੀਗਾ ਐਡੂ ਟੈਪ ਚੈਨਲ ਨੂੰ ਹੀ ਫੋਲੋ ਕੀਤਾ ਸੀ ਹੁਣ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲੇ ਚੈਨਲ ਨੂੰ ਸਰਚ ਕਰ ਲਿਓ ਠੀਕ ਹੈ ਫਿਰ ਉਹਦੇ ਵਿੱਚ ਤੁਸੀਂ ਦੁਬਾਰਾ ਤੋਂ ਸਰਚ ਕਰਿਓ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਫੋਰ ਉੱਥੇ ਬਟਾ ਨੂੰ ਸੀਟਟ ਦੇ ਨਾਲ ਮਿਲੇਗੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਫੋਰ ਸੀਟਟ ਹੋਏਗਾ ਸੀਟਟ ਤੇ ਪੀਟਟ ਦਾ ਸਿਲੇਬਸ ਬਿਲਕੁਲ ਸੇਮ ਹੁੰਦਾ ਹੈ ਠੀਕ ਹੈ ਉਹ ਲਗਭਗ 2.5 ਘੰਟਿਆਂ ਦੀ ਵੀਡੀਓ ਹੈਗੀ ਹੈ ਜਿੱਦੇ ਵਿੱਚ ਤੁਹਾਡੀ ਪੂਰੀ ਸਾਈਕੋਲੋਜੀ ਜਿਹੜੀ ਆ ਉਹ ਕਵਰ ਹੋ ਜੇਗੀ ਸਭ ਤੋਂ ਪਹਿਲਾਂ ਤੁਹਾਨੂੰ ਥਿਉਰੀਜ਼ ਕਰਵਾਣਗੇ ਐਂਡ ਉਸ ਤੋਂ ਬਾਅਦ ਜਿਹੜੇ ਵੀ ਪੇਪਰ ਦੇ ਵਿੱਚ ਕੁਸ਼ਨ ਆਉਂਦੇ ਆ ਉਹ ਸਾਰੇ ਕੁਸ਼ਨ ਵੀ ਡਿਸਕਸ ਕਰਦੇ ਨੇ ਕਿ ਜਿੱਦਾਂ ਤੁਹਾਡੀ ਪ੍ਰੈਕਟਿਸ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਹੋ ਜਾਵੇ ਵੀਡੀਓ ਦੇਖਦੇ ਦੌਰਾਨ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਮੈਨੂੰ ਦੁਬਾਰਾ ਰਿਵਾਈਜ਼ ਕਰਨ ਦੀ ਲੋੜ ਪੈ ਸਕਦੀ ਹੈ ਕੋਈ ਮੇਨ ਮੇਨ ਥਿਉਰੀਜ਼ ਉਹਨਾਂ ਦੇ ਸਕਰੀਨਸ਼ਾਟ ਲਈ ਜਾਵੋ ਠੀਕ ਹੈ ਤਾਂ ਕਿ ਜੇਕਰ ਤੁਸੀਂ ਦੁਬਾਰਾ ਥੋੜਾ ਜਿਹਾ ਰਿਵਾਈਜ਼ ਕਰਨਾ ਹੈ ਤੇ ਤੁਸੀਂ ਬਾਅਦ ਵਿੱਚ ਕਰ पाओ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ এনवायरमेंटਲ ਸਟੱਡੀਜ਼ ਦੀ ਪ੍ਰੈਪਰੇਸ਼ਨ ਕਰਨੀ ਹੈ ਹੁਣ ਜਿਹੜੀ ਸਾਈਕੋਲੋਜੀ ਹੈ ਉਹਦਾ ਬਹੁਤ ਵੱਡਾ ਪਾਰਟ ਆਂਦਾ ਹੈ ਇਸ ਪੇਪਰ ਦੇ ਵਿੱਚ ਪਹਿਲਾਂ ਤੇ ਕਿ 30 ਮਾਰਕਸ ਦੀ ਖੋਦ ਆਂਦੀ ਹੈ ਬਾਅਦ ਵਿੱਚ এনवायरमेंटਲ ਸਟਡੀ ਦੇ ਵਿੱਚ ਵੀ ਪੈਡਾਗੋਜੀ ਦੀ ਫਾਰਮ ਦੇ ਵਿੱਚ 10 ਤੋਂ 12 ਨੰਬਰ ਦੀ ਆ ਜਾਂਦੀ ਹੈ ਮੈਥਮੈਟਿਕਸ ਦੇ ਵਿੱਚ ਵੀ ਤੇ language 1 ਦੇ ਵਿੱਚ ਵੀ ਐਂਡ ਲੈਂਗੁਏਜ 2 ਦੇ ਵਿੱਚ ਵੀ ਸੋ ਮੇਰੀ ਸੁਜੈਸ਼ਨ ਇਹੀ ਹੈ ਕਿ ਸਭ ਤੋਂ ਪਹਿਲਾਂ ਸਾਈਕੋਲੋਜੀ ਨੂੰ ਕਵਰ ਕੀਤਾ ਜਾਏ ਉਹ ਮੈਂ ਤੁਹਾਨੂੰ ਦੱਸ ਦਿੱਤਾ ਵੀਡੀਓਜ਼ ਤੋਂ ਕਵਰ ਕਰੋ ਸਾਈਕੋਲੋਜੀ ਨੂੰ ਠੀਕ ਹੈ ਫਰਦਰ এনवायरमेंटल ਸਟਡੀ ਦੇ ਵਿੱਚ ਜਿਹੜੀ ਪੈਡਾਗੋਜੀ ਹੈ ਉਹ ਵੀ ਅਲੱਗ ਤੋਂ ਤੁਹਾਨੂੰ ਵੀਡੀਓ ਜਿਹੜੀ ਹੈ ਇਸ ਚੈਨਲ ਦੇ ਉੱਪਰ ਮਿਲ ਜਾਏਗੀ ਤੁਸੀਂ ਸਰਚ ਕਰ ਸਕਦੇ ਹੋ ਪੈਡਾਗੋਜੀ ਫਾਰ এনवायरमेंटਲ ਸਟਡੀਆਂ ਉਹ ਵੀ 1.5 ਘੰਟੇ ਦੀ ਮੇਬੀ ਵੀਡੀਓ ਹੋਊਗੀ ਕਿ ਜਿਹਨੂੰ ਤੁਸੀਂ ਪੂਰਾ ਦੇਖੋ ਐਟ ਦਿ ਐਂਡ ਉਗੋਸ਼ਨ ਵੀ ਰਿਵਾਈਜ਼ ਕਰਵਾਣਗੇ ਤੁਹਾਨੂੰ ਸਿਮਿਲਰਲੀ ਮੈਥਸ ਪੈਡਾਗੋਜੀ ਪੰਜਾਬੀ ਪੈਡਾਗੋਜੀ ਐਂਡ ਇੰਗਲਿਸ਼ ਪੈਡਾਗੋਜੀ ਇਹਨਾਂ ਸਾਰਿਆਂ ਦੀਆਂ ਵੀਡੀਓਜ਼ ਦੇਖ ਲਓ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਚਾਈਲਡ ਡਵੈਲਪਮੈਂਟ ਆ ਉਹ 30 ਨੰਬਰ ਦਾ ਤੁਹਾਡਾ ਕਲੀਅਰ ਹੋ ਗਿਆ ਠੀਕ ਹੈ ਨੈਕਸਟ 12 ਨੰਬਰ এনवायरमेंटਲ ਸਟਡੀ ਫੇਰ ਫਰਦਰ 12 ਨੰਬਰ ਤੁਹਾਡੇ ਆ ਜੂਗੇ ਮੈਥ ਤੇ 30 12 12 ਲੈ ਕੇ ਚੱਲਪੋ 30 ਮੈਚ 30 ਪੰਜਾਬੀ ਐਂਡ 30 ਇੰਗਲਿਸ਼ ਉਹ ਦੇਖ ਸਕਦੇ ਹੋ ਤੁਹਾਡਾ ਕਿੰਨਾ ਜਿਹੜਾ ਪੋਰਸ਼ਨ ਆ ਉਹ ਸਾਈਕੋਲੋਜੀ ਦੇ ਨਾਲ ਕਵਰ ਹੁੰਦਾ ਪਿਆ ਫਰਦਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਇੰਗਲਿਸ਼ ਐਂਡ ਪੰਜਾਬੀ ਹੈ ਜਿਹੜਾ ਬਾਕੀ ਪੋਰਸ਼ਨ ਆ ਉਹਦੇ ਵਿੱਚ ਪੈਸੇਜਸ ਆਉਂਦੇ ਆ ਪੰਜਾਬੀ ਤੇ ਤੁਹਾਡੀ ਮਾਂ ਬੋਲੀ ਆ ਉਹ ਅਸੀਂ ਸੋਲਵ ਕਰ ਸਕਦੇ ਆ ਉੱਥੇ ਪੈਸੇਜ ਬਾਰੇ ਚੁਕੋਸ਼ਨ ਲੱਭ ਸਕਦੇ ਆ ਔਰ ਮੈਂ ਤੁਹਾਨੂੰ ਫਿਰ ਵੀ ਇਹਦੇ ਵਾਸਤੇ ਥੋੜੀਆਂ ਜਿਹੀ ਟਿਪਸ ਦੇਣੀਆਂ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਾਸਤੇ ਆ ਕਿ ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਪੜ੍ਹਨੇ ਆ ਪਹਿਲਾਂ ਪੈਰਾ ਨਹੀਂ ਪੜਨਾ ਪਹਿਲਾਂ ਕੁਐਸਚਨ ਪੜ ਲੈਣੇ ਆ ਔਰ ਕੁਐਸਚਨ ਪੜਦੇ ਟਾਈਮ ਤੁਸੀਂ ਕੁਐਸਚਨ ਦੇ ਵਿੱਚ ਜਿਹੜੇ ਮੇਨ ਮੇਨ ਵਰਡ ਆ ਉਹਨਾਂ ਨੂੰ ਅੰਡਰਲਾਈਨ ਕਰ ਲੈਣਾ ਠੀਕ ਇੱਕ ਵਾਰੀ ਕੁਐਸਚਨ ਪੜ ਕੇ ਮੇਨ ਮੇਨ ਵਰਡ ਨੂੰ ਅੰਡਰਲਾਈਨ ਕਰਕੇ ਫਿਰ ਦੋ ਤਿੰਨ ਪਹਿਲੇ ਕੁਐਸਚਨ ਪੜ ਕੇ ਫਿਰ ਪੈਰੇ ਨੂੰ ਪੜਨਾ ਸ਼ੁਰੂ ਕਰਨਾ ਹੈ ਤੁਹਾਡੇ ਮਾਈਂਡ 'ਚ ਰਹੇ ਤੁਸੀਂ ਇਹ ਵਾਲਾ ਕੁਐਸਚਨ ਦਾ ਆਨਸਰ ਜਿਹੜਾ ਉਹ ਫਾਈਂਡ ਆਊਟ ਕਰਨਾ ਇਹਨਾਂ ਤੁਹਾਡਾ ਜਿਹੜਾ ਟਾਈਮ ਆ ਉਹ ਸੇਵ ਹੋ ਜਾਏਗਾ ਠੀਕ ਹੈ ਜੀ 댓 ਮੀਨਸ ਕਿ ਇੰਗਲਿਸ਼ ਪੰਜਾਬੀ ਤੇ ਹੁਣ ਸਾਡੀ ਪੂਰੀ ਪੂਰੀ ਕਵਰ ਹੋ ਗਈ ਕਿ ਅਸੀਂ ਪੈਡਾਗੋਜੀ ਵੀ ਕਰ ਲੈਣੀ ਹੈ ਤੇ ਬਾਕੀ ਜੇਕਰ ਤੁਸੀਂ ਪੇਪਰ 1 ਦੇ ਲਈ ਜਾ ਰਹੇ ਹੋ ਤੇ ਮੈਥਸ ਦਾ ਜਿਹੜਾ ਪੋਰਸ਼ਨ ਹੈ ਪੈਡਾਗੋਜੀ ਤੇ ਤੁਸੀਂ ਕਵਰ ਕੀਤਾ ਹੋਇਆ ਤੇ ਬਾਕੀ ਬਣਾ ਮੋਟਾ ਜਿਹੜਾ ਕੁਐਸ਼ਨਸ ਹੋਣਗੇ ਉਹ ਹੁਣ ਮੈਂ ਤਾਂ ਨੋਇਨਾ ਲਾਸਟ ਚਾਰ ਦੇ ਵਿੱਚ ਚਾਰ ਦਿਨ ਚ ਇਹ ਨਹੀਂ ਸਜੈਸਟ ਕਰੂੰਗੀ ਕਿ ਤੁਸੀਂ ਮੈਥ ਥੋਰੋਲੀ ਰਿਵਾਈਜ਼ ਕਰੋ ਬਟ ਮੈਂ ਇਹ ਕਹੂੰਗੀ ਕਿ ਜਿਹੜੇ ਪ੍ਰੀਵੀਅਸ ਈਅਰ ਕੁਐਸ਼ਨ ਪੇਪਰ ਹੈ 5 ਸਾਲ ਦੇ ਪ੍ਰੀਵੀਅਸ ਜਿਹੜੇ ਕੁਐਸ਼ਨ ਪੇਪਰ ਨੇ ਪੀਐਸਟ ਦੇ ਉਹ ਸਾਰੇ ਸਾਰੇ ਸੋਲਵ ਕਰੋ ਉਹਦੇ ਨਾਲ ਤੁਹਾਡੀ ਸਾਰਾ ਮਤਲਬ ਚਾਈਲਡ ਸਾਈਕੋਲੋਜੀ ਵੀ ਕਲੀਅਰ ਹੋਏਗੀ এনवायरमेंटल ਸਟਡੀ ਮੈਥਸ ਇੰਗਲਿਸ਼ ਤੇ ਪੰਜਾਬੀ ਠੀਕ ਹੈ ਕਈ ਕਈ ਜਿਹੜੇ ਕੁਐਸਚਨ ਦੀਆਂ ਟਾਈਪਸ ਆਉਂ ਰਿਪੀਟ ਹੁੰਦੀਆਂ ਐ ਬਾਕੀ এনवायरमेंटਲ ਸਟਡੀ ਦਾ ਵੀ ਇਸੇ ਤਰੀਕੇ ਨਹੀਂ ਕਰੋ ਤੁਸੀਂ ਇਹ ਵਾਲਾ ਫੁੱਲ ਪ੍ਰਿਪੇਅਰ ਕਰਨਾ ਤੇ ਇਹ ਵੀ ਤੁਹਾਡੇ ਫੁੱਲ ਪ੍ਰਿਪੇਅਰ ਹੋਣੇ ਆ ਇਹਨਾਂ ਦੇ ਵਿੱਚ ਪੈਡਾਗੋਜੀ ਕਰੋ ਤੇ ਬਾਕੀ ਜਿਹੜੇ ਆ ਪ੍ਰੀਵਿਅਸ ਈਅਰ ਜਿਹੜੇ 5 ਪਹਿਲੇ ਪੰਜ ਸਾਲਾਂ ਦੇ ਕੁਸ਼ਨ ਪੇਪਰ ਉਹ ਸੋਲਵ ਕਰੋ ਹੁਣ ਗੱਲ ਇਹ ਹੈ ਕਿ ਪੰਜ ਸਾਲਾਂ ਦੇ ਕੁਸ਼ਨ ਪੇਪਰ ਅਸੀਂ ਕਿੱਥੋਂ ਲਵਾਂਗੇ ਜੇਕਰ ਅਸੀਂ ਕਹੀਏ ਕਿ ਅਸੀਂ YouTube ਤੋਂ ਹੀ ਦੇਖ ਲੈਨੇ ਆ ਤੇ ਉਹਦੇ ਨਾਲ ਟਾਈਮ ਬਹੁਤ ਜ਼ਿਆਦਾ ਵੇਸਟ ਹੋਣਾ ਤੁਸੀਂ ਕੀ ਕਰਨਾ ਸਵਰਨ ਦੀ ਇੱਕ ਬੁੱਕ ਆਂਦੀ ਹੈ ਜਿਹਦੇ ਵਿੱਚ ਕੱਲੇ ਪ੍ਰੀਵੀਅਸ ਈਅਰ ਕੁਸ਼ਨ ਪੇਪਰ ਮਿਲਦੇ ਆ ਉਹ ਮਾਰਕੀਟ ਤੋਂ ਪਰਚੇਸ ਕਰ ਲਵੋ ਤਾਂ ਕਿ ਤੁਹਾਡੇ ਕੋਲ ਮਤਲਬ ਨੋਟਸ ਜਿਹੜੇ ਆ ਬੁੱਕ ਜਿਹੜੀ ਉਹ ਹੋਏਗੀ ਜਿਹਦੇ ਨਾਲ ਕਿ ਤੁਸੀਂ ਈਜ਼ੀਲੀ ਜਿਹੜਾ ਸੋਲਵ ਕਰ ਲਵੋ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਆ ਔਰ ਇੱਕ ਕੁਐਸਚਨ ਪੇਪਰ ਆਪਣੇ ਕੋਲਾਂ ਤੇ ਰੱਖ ਲਿਓ ਕਿ ਜਿਹੜਾ ਤੁਸੀਂ ਪੇਪਰ ਤੋਂ ਇੱਕ ਦਿਨ ਪਹਿਲਾਂ ਸੋਲਵ ਕਰਕੇ ਦੇਖਿਓ ਤੇ ਤੁਹਾਡੂੰ ਟਾਈਮ ਮੈਨੇਜਮੈਂਟ ਕਰਨੀ ਆਵੇ ਕਿਉਂਕਿ 150 ਕੁਐਸਚਨ ਆ ਤੇ 150 ਹੀ ਮਿੰਟ ਹੋਣੇ ਤੁਹਾਡੇ ਕੋਲ ਠੀਕ ਹੈ ਹਰੇਕ ਮਿੰਟ ਦੇ ਇੱਕ ਕੁਐਸਚਨ ਦੇ ਵਾਸਤੇ ਇੱਕ ਮਿੰਟ ਆਂਦਾ ਜਿਦਾਂ ਸੁਪੋਜ਼ ਸਾਈਕੋਲੋਜੀ ਦੇ ਵਿੱਚ 30 ਕੁਐਸਚਨ ਆ 30 ਮਿੰਟ ਤੁਸੀਂ ਉਹਨੂੰ ਦੇਣੇ ਆ ਪਰ 30 ਮਿੰਟ ਲੱਗਦੇ ਨਹੀਂ ਸਾਈਕੋਲੋਜੀ ਨੂੰ ਸੋਲਵ ਕਰਨ ਵਾਸਤੇ नियर अबाउट 22 ਤੋਂ 25 ਮਿੰਟ ਮੈਕਸਿਮਮ 22 ਤੋਂ 25 ਮਿੰਟ ਜੇਕਰ ਤੁਹਾਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਲੱਗ ਸਕਦੇ ਆ ਬਾਕੀ ਜਿਹੜਾ ਜ਼ਿਆਦਾ ਟਾਈਮ ਆ ਤੁਸੀਂ ਮੈਥ 'ਚ ਲਗਾਓ ਹੈਨਾ ਇੰਗਲਿਸ਼ 'ਚ ਲਗਾਓ ਸਭ ਤੋਂ ਪਹਿਲਾਂ ਪੇਪਰ ਦੇ ਵਿੱਚ ਤੁਸੀਂ ਅਟੈਂਪਟ ਵੀ ਚਾਈਲਡ ਸਾਈਕੋਲੋਜੀ ਕਰਨੀ ਹੈ ਪਹਿਲੇ ਨੰਬਰ ਤੇ ਚਾਈਲਡ ਸਾਈਕੋਲੋਜੀ ਅਟੈਂਪਟ ਕਰਨੀ ਹੈ ਉਸ ਤੋਂ ਬਾਅਦ ਹਰੇਕ ਪੋਰਸ਼ਨ ਦੀ ਪੈਡਾਗੋਜੀ ਅਟੈਂਪਟ ਕਰ ਲੈਣੀ ਹੈ ਠੀਕ ਹੈ ਦੈਨ ਜਿਹੜਾ ਤੁਹਾਡਾ ਸਟਰੋਂਗ ਸਬਜੈਕਟ ਹੈਗਾ ਵਾ ਜੇ এনवायरमेंटਲ ਸਟਡੀ ਤੁਹਾਡਾ ਸਟਰੋਂਗ ਹੈ ਪਹਿਲਾ ਇਹਨੂੰ ਸੋਲਵ ਕਰ ਲਵੋ ਠੀਕ ਹੈ ਮੈਥਸ ਤੇ এনवायरमेंटਲ ਸਟਡੀ ਜਿਹੜਾ ਪਹਿਲਾ ਸਟਰੋਂਗ ਹੈ ਉਹ ਵਾਲਾ ਸਬਜੈਕਟ ਪਹਿਲਾ ਕਰੋ ਫਿਰ ਉਸ ਤੋਂ ਬਾਅਦ ਪੰਜਾਬੀ ਕਰ ਲਵੋ ਠੀਕ ਹੈ ਸੁਪੋਜ਼ ਤਾਂ ਡੈ ਵਾਲਾ ਸੀਗਾ এনवायरमेंटਲ ਸਟਡੀ ਦੂਜੇ ਨੰਬਰ ਤੇ ਤੁਸੀਂ ਸੋਲਵ ਕੀਤਾ ਤੀਜੇ ਨੰਬਰ ਤੇ ਤੁਸੀਂ ਪੰਜਾਬੀ ਸੋਲਵ ਕਰ ਲਿਤੀ ਠੀਕ ਹੈ ਫਿਰ ਪੈਡਾਗੋਜੀ ਤੇ ਆਲਰੇਡੀ ਸੋਲਵ ਕਰਕੇ ਰੱਖੀ ਹੋਈ ਹੈ ਫਿਰ ਮੈਥਸ ਕਰ ਲਵੋ ਚੌਥੇ ਨੰਬਰ ਤੇ ਤੇ ਫਿਰ ਐਂਡ ਤੁਸੀਂ ਇੰਗਲਿਸ਼ ਕਰ ਲਵੋ ਔਰ ਜੇਕਰ ਤੁਹਾਨੂੰ ਕਿਸੇ ਕੁਐਸਚਨ 'ਚ ਡਾਊਟ ਲੱਗਦਾ ਹੈ ਦੋ ਆਪਸ਼ਨ ਦੇ ਵਿੱਚ ਤੇ ਉਹਦੇ ਉੱਪਰ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ ਉਸ ਕੁਐਸਚਨ ਦੇ ਨੰਬਰ ਦੇ ਉੱਪਰ ਜਿੱਦਾਂ ਸੁਪੋਜ਼ 10 ਨੰਬਰ ਕੁਐਸਚਨ ਆ ਉਹਦੇ ਉੱਪਰ ਰਾਊਂਡ ਲਗਾ ਲੈਣਾ ਕਿ ਇਹਨੂੰ ਮੈਂ ਦੇਖਣਾ ਹੈ ਐਂਡ ਤੇ ਹਜੇ ਫਾਈਨਲ ਇਹਦਾ ਆਨਸਰ ਜੇਕਰ ਤੁਸੀਂ ਨਹੀਂ ਲਗਾਇਆ ਔਰ ਇੱਕ ਗਲਤੀ ਬਿਲਕੁਲ ਇਦਾਂ ਦੀ ਨਹੀਂ ਕਰਨੀ ਕਿ ਤੁਸੀਂ ਕਹੋ ਕਿ ਮੈਂ ਸਾਰੇ ਪਹਿਲਾਂ ਮਤਲਬ ਕੁਐਸਚਨ ਪੇਪਰ ਤੇ ABC ਦੇ ਵਿੱਚੋਂ ਮੈਂ ਟਿਕ ਲਾਈ ਜਵਾਂ ਤੇ ਐਂਡ ਤੇ ਜਾ ਕੇ ਜਿਹੜੀ ਤੁਹਾਡੀ OMR ਸ਼ੀਟ ਹੋਣੀ ਉਹਦੇ ਉੱਪਰ ਸਰਕਲ ਫਿਲ ਕਰਾਂ ਜੇਕਰ ਤੁਸੀਂ ਇਦਾਂ ਕਰੋਗੇ ਤੇ ਫਿਰ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਇਦਾਂ ਦਾ ਬਣਾਓ ਕਿ ਜਿੱਦਾਂ ਇੱਕ ਪੋਰਸ਼ਨ ਕੱਢ ਲਿਆ ਠੀਕ ਹੈ ਜਾਂ 15 ਕੁਸ਼ਨ ਕੱਢ ਲਿਆ ਜਾਂ ਇੱਕ ਪੂਰਾ ਚਾਈਲਡ ਡਿਵੈਲਪਮੈਂਟ ਕਰ ਲਿਆ ਤੇ ਉਹ ਪਹਿਲਾਂ OMR ਸ਼ੀਟ ਦੇ ਉੱਪਰ ਸਾਰੇ ਜਿਹੜੇ ਸਰਕਲ ਆ ਉਹ ਫਿਲ ਕਰ ਲਵੋ ਔਰ ਇੱਕ ਗੱਲ ਹੋਰ ਕਿ ਜਿਹੜਾ ਪੈਨ ਤੁਸੀਂ ਘਰੋਂ ਵੀ ਲੈ ਕੇ ਜਾਣਾ ਖੁਦ ਜਿਹੜਾ ਥੋੜੀ ਮੋਟੀ ਨਿਬ ਵਾਲਾ ਹੋਵੇ ਕਿ ਜਦੋਂ ਤੁਸੀਂ ਉਹਦੇ ਨਾਲ ਫਿਲ ਕਰਨਾ ਹੈ ਨਾ ਸਰਕਲ ਨੂੰ ਜੇ ਮੋਟੀ ਨਿਬ ਵਾਲਾ ਹੋਏਗਾ ਤੇ ਜਲਦੀ ਜਿਹੜਾ ਉਹ ਤੁਹਾਡਾ ਸਰਕਲ ਜਿਹੜਾ ਫਿਲ ਹੋ ਜਾਏਗਾ ਠੀਕ ਹੈ ਜੀ ਤੇ ਹੋਰ ਗੱਲ ਇਦਾਂ ਕਿ ਟਾਈਮ ਜਿਹੜਾ ਉਹ ਨਾਲ ਦੇ ਨਾਲ ਦੇਖਦੇ ਜਾਣਾ ਵੈਸੇ ਤੁਸੀਂ ਆਪਣੀ ਵਾਚ ਵੀ ਕਰੋ ਲੈ ਜਾਣਾ ਜੇ ਤੇ ਅਲਾਓ ਕਰਨਗੇ ਅੰਦਰ ਲੈ ਕੇ ਜਾਣ ਵਸਤੇ ਲੈ ਜਾਣਾ ਕਿਉਂਕਿ ਕਈ ਸਕੂਲਾਂ ਚ ਕੀ ਹੁੰਦਾ ਵਾਚੇਸ ਲੱਗੀਆਂ ਨਹੀਂ ਹੁੰਦੀਆਂ ਰੂਮਸ ਦੇ ਵਿੱਚ ਤੇ ਫਿਰ ਟਾਈਮ ਨੂੰ ਮੈਨੇਜ ਕਰਨ ਚ ਥੋੜੀ ਦਿੱਕਤ ਆ ਸਕਦੀ ਹੈ ਇਸ ਕਰਕੇ ਵਾਚ ਕੋਲ ਹੀ ਰੱਖਣਾ ਆਪਣੇ ਜੇਕਰ ਕਲਾਸ ਚ ਹੋਏਗੀ ਅਵੇਲੇਬਲ ਤੁਹਾਨੂੰ ਕਹਿਣਗੀ ਆਪਣੀ ਉਤਾਰ ਦਿਓ ਤੇ ਜਿਹੜਾ ਕਲਾਸ ਫੀਚਰ ਹੋਏਗਾ ਉਹਨੂੰ ਫੜਾ ਦੇਣਾ ਹਾਂ ਤੇ ਬਾਕੀ ਲੈਣਾ ਪਰ ਜੇਕਰ ਕਲਾਸ 'ਚ ਨਹੀਂ ਹੋਏਗੀ ਤੁਹਾਡੇ ਕੋਲ ਹੋਏਗੀ ਫਿਰ ਹੈਲਪਫੁਲ ਹੋਏਗਾ ਹੁਣ ਜੇਕਰ ਤੁਹਾਡਾ ਪੇਪਰ 2 ਦੇ ਵਾਸਤੇ ਤੁਸੀਂ ਅਪੀਅਰ ਹੋ ਰਹੇ ਹੋ ਤੇ ਉਹ ਵੀ ਬਿਲਕੁਲ ਐਸ ਇਟ ਇਜ਼ ਹੀ ਹੈ ਕਿ ਉਹਦੇ ਵਿੱਚ ਵੀ ਤੁਹਾਨੂੰ ਚਾਈਲਡ ਡਿਵੈਲਪਮੈਂਟ ਆਣੀ ਹੈ ਫਰਦਰ ਤੁਹਾਡੀ ਲੈਂਗੁਏਜ 1 ਲੈਂਗੁਏਜ 2 ਤੇ ਜਿਹੜੇ ਵੀ ਤੁਹਾਡੇ ਦੋ ਟੀਚਿੰਗ ਸਬਜੈਕਟ ਹੋਣਗੇ ਪੇਪਰ ਤੋਂ ਉਨਤ ਤ ਤੁਸੀਂ ਪਾਰੀ ਦਿੱਤਾ ਹੋਇਆ ਤੁਹਾਨੂੰ ਪਤਾ ਹੋਵੇਗਾ ਤੁਹਾਡੇ ਕਿਹੜੇ ਕਿਹੜੇ ਟੀਚਿੰਗ ਸਬਜੈਕਟ ਨੇ ਮੈਥ ਸਾਇੰਸ ਹੋ ਸਕਦਾ ਹੈ ਸੋਸ਼ਲ ਸਾਇੰਸ ਹੋ ਸਕਦੀ ਹੈ ਜਿੱਦਾਂ ਵੀ ਬਸ ਤੁਸੀਂ ਹੁਣ ਜੋ ਮੈਂ ਤੁਹਾਨੂੰ ਪੇਪਰ ਬੰਦ ਦੇ ਵਾਸਤੇ ਦੱਸਿਆ ਉਸੇ ਤਰੀਕੇ ਦੇ ਨਾਲ ਹੀ ਪੇਪਰ 2 ਦਾ ਆ ਵੀ ਮਤਲਬ ਜਿਹੜੀ ਵੀ ਤੁਸੀਂ ਵੀਡੀਓ ਦੇਖਣੀ ਹੈ ਐਡੂ ਟੈਪ ਦੇ ਚੈਨਲ ਦੇ ਉੱਪਰ ਜਾ ਕੇ ਉਹ ਨਾਲ ਸਬਜੈਕਟ ਦਾ ਨਾਮ ਟਾਈਪ ਕਰ ਦਿਓ ਨਾਲ ਐਡੂ ਟੈਪ ਟਾਈਪ ਕਰ ਦਿਓ ਤੇ ਉਹ ਤੁਹਾਨੂੰ ਜਿਹੜੀ ਵੀਡੀਓ ਹੈ ਉਹ ਸ਼ੋ ਹੋ ਜੇਗੀ ਹੁਣ 4 ਦਿਨ ਜੇਕਰ ਹੈਗੇ ਆ ਤੇ ਇਹ ਨਹੀਂ ਕਿ ਥੋੜਾ ਥੋੜਾ ਟਾਈਮ ਤੁਸੀਂ ਦੇਵੋਗੇ ਤੇ ਤੁਹਾਡਾ ਪੇਪਰ ਕਲੀਅਰ ਹੋ ਜਾਊਗਾ ਜੇਕਰ 4 ਦਿਨ ਹੈਗੇ ਤੇ ਪੂਰਾ ਪੂਰਾ ਦਿਨ ਤੁਹਾਨੂੰ ਬਹਿ ਕੇ ਪੜਨਾ ਪਵੇਗਾ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਪਹਿਲਾਂ ਤੁਸੀਂ ਵੀਡੀਓ ਦੇਖ ਲੀਆਂ ਨੇ ਕਿੰਨਾ ਟਾਈਮ ਵੀਡੀਓ ਨੂੰ ਦੇਣਾ ਹੈ ਜੇਕਰ 4 ਦਿਨ ਹੈ ਸਪੋਜ਼ 2 ਦਿਨ ਵੀਡੀਓ ਨੂੰ ਦੇ ਦਿੱਤੇ ਤੇ 2 ਦਿਨ ਪੇਪਰ ਨੂੰ ਸੋਲਵ ਕਰਨ ਵਾਸਤੇ ਦੇ ਦਿੱਤੇ ਮੈਂਟਲੀ ਪ੍ਰਿਪੇਅਰ ਪੂਰੇ ਤਰੀਕੇ ਨਾਲ ਹੋਣਾ ਪਊਗਾ ਅੱਜ ਦੀ ਅੱਜ ਹੀ ਪੜਾ ਮੈਂਟਲੀ ਪ੍ਰਿਪੇਅਰ ਹੋ ਜਾਵੋ ਔਰ 4 ਦਿਨ ਪੂਰੇ ਦੇ ਪੂਰੇ ਡਿਵੋਟ ਕਰੋ ਜੇਕਰ ਤੁਸੀਂ ਵਰਕਿੰਗ ਵੀ ਹੋ ਤੇ 4 ਦਿਨ ਦੀ ਛੁੱਟੀ ਲੈ ਕੇ ਆਰਾਮ ਨਾਲ ਘਰ ਬੈਠ ਕੇ ਕਮਰਚ ਬਿਲਕੁਲ ਇਕੱਲੇ ਬੈ ਕੇ ਆਪਣਾ ਪੂਰਾ ਪ੍ਰਪੇਅਰ ਕਰੋ ਤੇ 100% ਗਾਰੰਟੀ ਹੈ ਕਿ ਜੇਕਰ ਤੁਸੀਂ ਪੂਰੇ ਦੇ ਪੂਰੇ 4 ਦਿਨ ਡਿਵੋਟ ਕਰਦੇ ਹੋ ਤੁਹਾਡਾ ਪੇਪਰ ਜਿਹੜਾ ਉਹ ਕਲੀਅਰ ਹੋ ਜਾਏਗਾ ਕਿਉਂ ਕਿ ਕਿਉਂਕਿ ਸਾਨੂੰ 150 ਦੇ ਵਿੱਚੋਂ 90 ਨੰਬਰ ਚਾਹੀਦੇ ਆ ਪੇਪਰ ਨੂੰ ਕਲੀਅਰ ਕਰਨ ਦੇ ਵਾਸਤੇ ਠੀਕ ਹੈ ਕਿ ਇਹਦੇ ਵਿੱਚ ਕੋਈ ਇੱਦਾਂ ਤੇ ਨਹੀਂ ਆ ਕਿ ਹਾਈest ਮਾਰਕਸ ਕੱਟਆਫ ਵਗੈਰਾ ਜਾਣੀ ਹੈ ਇੱਦਾਂ ਦੀ ਕੋਈ ਗੱਲ ਨਹੀਂ ਹੈ ਔਰ ਉਹ ਵੀ ਜੇਕਰ ਤੁਹਾਡੀ ਕੈਟੇਗਰੀ ਦੂਸਰੀ ਹੈ ਤੇ ਫਿਰ 83 ਦੇ ਨਾਲ ਵੀ ਕਲੀਅਰ ਹੋ ਜਾਂਦਾ ਹੈ ਔਰ ਜੇਕਰ ਤੁਹਾਨੂੰ ਕੋਈ ਕੁਐਸਚਨ ਨਹੀਂ ਆਂਦਾ ਤੇ ਉਹਨੂੰ ਛੱਡ ਕੇ ਨਹੀਂ ਆਣਾ ਗੈਸ ਵਰਕ ਜ਼ਰੂਰ ਲਗਾ ਕੇ ਆਣਾ ਗੈਸ ਵਰਕ ਵਾਸਤੇ B ਤੇ C ਆਪਸ਼ਨ ਜਿਹੜੇ ਆ ਉਹ ਬੈਸਟ ਹੁੰਦੇ ਆ ਕਿ ਜੇਕਰ ਤੁਹਾਨੂੰ ਕੋਈ ਨਹੀਂ ਆਂਦਾ ਫਿਰ ਕੋਈ ਕੁਐਸਚਨ ਨਹੀਂ ਆਂਦਾ ਉਹਦੇ ਵਿੱਚ B ਜਾਂ C ਦੋਨਾਂ ਚੋਂ ਕਿਸੇ ਇੱਕ ਦੇ ਉੱਪਰ ਜਿਹੜਾ ਸਰਕਲ ਤੁਸੀਂ ਉਹ ਮਾਰਕ ਕਰ ਦੇਣਾ ਸੋ ਇਹ ਸੀ ਗੱਲ ਸਾਰੀ ਪੂਰੀ ਸਟਰੈਟਜੀ ਕਿ ਤੁਹਾਨੂੰ ਪਹਿਲੀ ਗੱਲ ਪੇਪਰ ਦਾ ਪੈਟਰਨ ਪਤਾ ਹੋਵੇ ਦੂਸਰੀ ਗੱਲ ਕਿ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਵੀਡੀਓਜ਼ ਦੇਖ ਲਵੋ ਤੀਸਰੀ ਗੱਲ ਕਿ ਲਾਸਟ ইয়ার ਜਿਹੜੇ 5 ਸਾਲਾਂ ਦੇ ਪਿਛਲੇ ਕੁਸ਼ਨ ਪੇਪਰ ਦੇਖੋ ਆਪਣੀ ਟਾਈਮ ਮੈਨੇਜਮੈਂਟ ਜਿਹੜੀ ਉਹ ਕਰਕੇ ਜਾਓ ਕਿ ਇੰਨੇ ਟਾਈਮ ਦੇ ਵਿੱਚ ਆਵਲਾ ਪੋਸ਼ਨ ਕਵਰ ਹੋਣਾ ਚਾਹੀਦਾ ਇੰਨੇ ਟਾਈਮ ਚ ਆਵਲਾ ਪੋਸ਼ਨ ਕਵਰ ਹੋਣਾ ਚਾਹੀਦਾ ਪੇਪਰ ਨੂੰ ਖਤਮ ਹੋਣ ਤੋਂ 5-10 ਮਿੰਟ ਪਹਿਲਾਂ ਮਤਲਬ ਤੁਸੀਂ ਪੂਰਾ ਦੇਖ ਲੈਣਾ ਕਿ ਜਿਹੜੇ-ਜਿਹੜੇ ਰਹਿੰਦੇ ਆ ਉਹਨਾਂ ਨੂੰ ਸਰਕਲ ਜ਼ਰੂਰ ਕਰਕੇ ਆਨੇ ਆ ਕੋਈ ਸਰਕਲ ਲਗਾਉਣ ਵਾਲਾ ਛੱਡਣਾ ਨਹੀਂ ਹੈ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈਗੀ ਔਰ ਆਪਣਾ ਪੈਨ ਤੁਸੀਂ ਖੁਦ ਲੈ ਕੇ ਜਾਇਓ ਜਿਹਦੀ ਥੋੜੀ ਮੋਟੀ ਨਿਬ ਹੋਵੇ ਕਿ ਤੁਹਾਨੂੰ ਸਰਕਲ ਕਰਨ ਚ ਦਿੱਕਤ ਨਾ ਹੋਵੇ ਜਲਦੀ ਜਲਦੀ ਜਿਹੜੇ ਸਰਕਲ ਆ ਉਹ ਫਿਲ ਆਊਟ ਹੋ ਜਾਣ ਤੇ ਆਪਣਾ ਤੁਸੀਂ ਜਿਹੜਾ ਰੂਲ ਨੰਬਰ ਵਾਲਾ ਐਡਮਿਟ ਕਾਰਡ ਹੈ ਉਹ ਨਾਲ ਲੈ ਕੇ ਜਾਣਾ ਐਡਮਿਟ ਕਾਰਡ ਲੈ ਕੇ ਜਾਣਾ ਆਪਣਾ ਪੈਨ ਪੈਨਸਲ ਜੋ ਵੀ ਮਤਲਬ ਉਹ ਲੈ ਕੇ ਜਾਣਾ ਕਈ ਸੈਂਟਰ ਚ ਪੈਨ ਵੀ ਪ੍ਰੋਵਾਈਡ ਕਰ ਦਿੰਦੇ ਆ ਬਟ ਤੁਸੀਂ ਆਪਣੀ ਤਿਆਰੀ ਨਾਲ ਜ਼ਰੂਰ ਜਾਣਾ ਕਿ ਦੋ ਪੈਨ ਤੁਹਾਡੇ ਕੋਲ ਹੋਣ ਐਡਮਿਟ ਕਾਰਡ ਹੋਵੇ ਆਪਣੀ ਵਾਚ ਵੀ ਲੈ ਜਾਵੋ ਜੇ ਅਲਾਉ ਹੋਏ ਤੇ ਕੋਲ ਰੱਖ ਲਵੋ ਕਿ ਤੁਹਾਨੂੰ ਟਾਈਮ ਦੀ ਕੋਈ ਦਿੱਕਤ ਨਾ ਆਵੇ ਸੋ ਇਹ ਸਾਰੀ ਸਟਰੈਟਜੀ ਨੂੰ ਫੋਲੋ ਕਰੋ ਪੂਰੇ 4 ਦਿਨ ਡਟ ਕੇ ਪੜਾਈ ਕਰੋ ਤੇ ਤੁਹਾਡਾ ਜਿਹੜਾ ਟੈਸਟ ਔਰ ਜ਼ਰੂਰ ਕਲੀਅਰ ਹੋ ਜਾਏਗਾ ਥੈਂਕ ਯੂ ਸੋ ਮੱਚ ਫॉर ਵਾਚਿੰਗ ਜੇਕਰ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰੋ Thank you so much for watching.